200 ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਦੇਰ ਰਾਤ ਖੜ ਖੇਤਰ ਅਧੀਨ ਆਉਂਦੇ ਪਿੰਡ ਸੰਤੇ ਮਾਜਰੇ ਵਿੱਚ ਡਬਲ ਮਰਡਰ, ਯਾਨੀ ਕਿ ਪਤੀ ਪਤਨੀ ਦੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ। ਅੱਜ ਦੁਪਹਿਰ 12 ਵਜੇ ਇਹਨਾਂ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ 4 ਦਿਨ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ। ਮਾਮਲਾ ਆਪਸੀ ਰੰਜਿਸ਼ ਦਾ ਹੈ। ਸਰ, ਕੱਲ ਪਤੀ ਪਤਨੀ ਦਾ ਜਿਹੜਾ ਕਤਲ ਹੋਇਆ ਉਸਦੇ ਵਿੱਚ ਕਿੰਨੇ ਦੋਸ਼ੀ ਫਗੜੇ ਗਏ ਨੇ, ਕੀ ਜਾਣਕਾਰੀ ਦੇਣਾ ਚਾਹੋਗੇ? ਮਿਤੀ 30 ਅਪ੍ਰੈਲ ਨੂੰ ਜੀ ਕਰੀਬ 9-10 ਵਜੇ ਦੇ ਕਰੀਬ ਇੱਕ ਸਵਰਾਜ ਨਗਰ ਦੇ ਵਿੱਚ ਇੱਕ ਇੰਸੀਡੈਂਟ ਹੋਇਆ, ਜਿਸ ਵਿੱਚ 4 ਵਿਅਕਤੀਆਂ ਵੱਲੋਂ ਇੱਕ ਹਸਬੈਂਡ ਵਾਈਫ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਦੌਰਾਨੇ ਇਲਾਜ ਜਿਹੜੀ ਹੈ ਮੌਤ ਹੋ ਗਈ। ਉਸ ਦੇ ਵਿੱਚ ਟੋਟਲ 4 ਜਣਿਆਂ 'ਤੇ ਅਸੀਂ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਦਰਜ ਕੀਤਾ ਅਤੇ 4 ਜਣੇ ਅਰੈਸਟ ਕਰਦੇ ਨੇ। ਅਤੇ ਸਰ, ਪਤਾ ਲੱਗੇ ਇੱਕ ਔਰਤ ਵੀ ਹੈ ਇਹਨਾਂ ਦੇ ਵਿੱਚ, ਉਹ ਔਰਤ ਦਾ ਕੀ ਹੱਥ ਹੈ ਜੀ? ਇਹ ਬੇਸਿਕਲੀ ਜੀ ਜਿਹੜੇ ਦੋਸ਼ੀ ਨੇ ਅਤੇ ਜਿਹੜੇ ਮ੍ਰਿਤਕ ਨੇ ਇਹ ਪਹਿਲਾਂ ਇਕੱਠੇ ਰਹਿੰਦੇ ਸੀ, ਉਹਨਾਂ ਦਾ ਕੁਛ ਨਾ ਕੁਛ ਉੱਥੇ ਸਮਾਨ ਪਿਆ ਸੀਗਾ, ਉਹ ਸਮਾਨ ਹੀ ਲੈਣ ਗਏ ਸੀ ਜਿਹੜੇ ਇਹ 4 ਜਣੇ ਸੀਗੇ। ਪਹਿਲਾਂ ਸਹਿਮਤੀ ਨਾਲ ਸਮਾਨ ਲੈ ਕੇ ਉੱਥੋਂ ਨਿਕਲੇ, ਉਸ ਤੋਂ ਬਾਅਦ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ ਅਤੇ ਇੱਕ ਦੋਸ਼ੀ ਜਿਹੜਾ ਹੈਗਾ ਚਰਨਪ੍ਰੀਤ ਸਿੰਘ ਅਲੀਅਸ ਮੋਨੂ, ਉਹਦੇ ਕੋਲ ਚਾਕੂ ਸੀ, ਉਹਨੇ ਚਾਕੂ ਨਾਲ ਵਾਰ ਕਰਤਾ ਅਤੇ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਅਤੇ ਸਰ, ਕਤਲ ਤੋਂ ਬਾਅਦ ਇਹ ਕਿੱਥੇ ਚਲੇ ਗਏ ਅਤੇ ਕਿੱਥੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ? ਕਤਲ ਤੋਂ ਬਾਅਦ ਜੀ ਆਪਣੇ ਆਪਣੇ ਇੱਕ ਨੇ ਇੱਥੇ ਰੂਮ ਲਿਆ ਹੋਇਆ, ਇੱਕ ਦਾ ਨੇੜੇ ਪਿੰਡ ਹੈਗਾ ਆਪਣੇ, ਉੱਥੇ ਹੀ ਚਲੇ ਗਏ। ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਅਗਲੇ ਦਿਨ ਮੁਕੱਦਮਾ ਦਰਜ ਕਰਕੇ ਕੁਛ ਘੰਟਿਆਂ ਦੇ ਵਿੱਚ ਹੀ ਇਹਨਾਂ ਦੀ ਲੋਕਲੀ ਇੱਥੋਂ ਨੇੜੇ ਗ੍ਰਿਫਤਾਰੀ ਕੀਤੀ ਹੈ। ਕਿਉਂਕਿ ਸਰ, ਇਹ ਜਿਹੜੇ ਅਕਿਊਜ਼ ਫੜੇ ਗਏ ਨੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੁਣ ਤੱਕ ਸਾਹਮਣੇ ਆਇਆ? ਨਹੀਂ ਜੀ, ਐਸ ਸੱਚ ਹਜੇ ਤੱਕ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਕੋਈ ਦੀ ਕਿਸੇ ਦੀ ਚੀਜ਼ ਦੀ ਪੁਸ਼ਟੀ ਨਹੀਂ ਹੋਈ, ਪਰੰਤੂ ਇੱਕ ਅਕਿਊਜ਼ ਜਿਹੜੀ ਲੇਡੀ ਹੈਗੀ ਆ ਉਹ ਉੜੀਸਾ ਦੀ ਹੈਗੀ ਆ ਪਿੱਛੋਂ ਰਹਿਣ ਵਾਲੀ, ਇੱਕ ਅਕਿਊਜ਼ ਪਿੱਛੋਂ ਪਟਿਆਲੇ ਜ਼ਿਲ੍ਹੇ ਦਾ ਰਹਿਣ ਵਾਲਾ ਅਤੇ 2 ਇੱਥੋਂ ਮੋਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਨੇ। ਉਹ ਅਸੀਂ ਅੱਜ ਹੀ ਸਾਰੀ ਪੁੱਛਗਿੱਛ ਕਰਾਂਗੇ। ਫਿਲਹਾਲ ਇਨੀਸ਼ੀਅਲੀ ਤਾਂ ਇਹੀ ਸੀਗਾ ਕਿ ਇਹਨਾਂ ਨੂੰ ਰਾਊਂਡ ਅਪ ਕਰਨਾ, ਅਰੈਸਟ ਕਰਨਾ ਜ਼ਰੂਰੀ ਸੀਗਾ। ਉਸ ਤੋਂ ਬਾਅਦ ਅੱਜ ਰਿਮਾਂਡ ਹਾਸਲ ਕਰਕੇ ਡੂੰਘਾਈ 'ਚ ਪੁੱਛਗਿੱਛ ਕੀਤੀ ਜਾਏਗੀ। ਸਰ, ਕਿਹੜੀ ਧਾਰਾ ਦੇ ਅਧੀਨ ਵਰਤਿਆ? ਅੰਡਰ ਸੈਕਸ਼ਨ 302 ਅਤੇ 34 IPC। ਹਾਂਜੀ, ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਵੈਪਨ ਵਗੈਰਾ ਜੋ ਯੂਜ਼ ਹੋਏ ਨੇ ਉਹ ਜਿਹੜੇ ਰਿਕਵਰ ਕੀਤੇ ਜਾਣਗੇ। ਲੋਕ ਸਭਾ ਚੋਣਾਂ ਲੈ ਕੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੋਹਾਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੱਢੀ ਗਈ ਪੰਜਾਬ ਬਚਾਓ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਚੰਦੂ ਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਹੋਇਆ ਹੈ ਤੇ ਕੇਂਦਰ ਸਰਕਾਰ ਦੀਆਂ ਗ੍ਰਾਂਟਾਂ ਲਿਆਉਣ ਵਿੱਚ ਅਸਫਲ ਰਹੀ ਹੈ। ਪੰਜਾਬ ਬਚਾਓ ਯਾਤਰਾ ਨੂੰ ਜਿਹੜਾ ਭਰਵਾਂ ਹੁੰਗਾਰਾ ਪੰਜਾਬ ਵਾਸੀਆਂ ਵੱਲੋਂ ਮਿਲ ਰਿਹਾ, ਉਹ ਇਸ ਗੱਲ ਦਾ ਸੰਕੇਤ ਆ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਤੇ ਪਰਾਏ ਦੀ ਪਹਿਚਾਣ ਕਰ ਲਈ, ਪੰਜਾਬ ਦੇ ਲੋਕਾਂ ਨੇ ਸੱਚ ਤੇ ਝੂਠ ਦੀ ਪਹਿਚਾਣ ਕਰ ਲਈ। ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਨਾਲ ਜੋ ਲੜਾਈ ਵਿੱਢੀ ਆ ਉਹ ਪੰਜਾਬ ਦੇ ਹੱਕਾਂ ਲਈ ਵਿੱਢੀ ਆ, ਪੰਜਾਬ ਦੀ ਇੱਜ਼ਤ ਮਾਣ ਸਤਿਕਾਰ ਤੇ ਗੌਰਵ ਲਈ ਵਿੱਢੀ ਆ। ਅੱਜ ਇਹ ਲੜਾਈ ਲੋਕ ਸਭਾ ਚੋਣਾਂ ਦੀ ਪੰਜਾਬ ਦੀ ਇੱਜ਼ਤ ਦਾ ਸਵਾਲ ਬਣ ਗਿਆ, ਪੰਜਾਬ ਦੀ ਗੈਰਤ ਦਾ ਸਵਾਲ ਬਣ ਗਿਆ, ਕਿਉਂਕਿ ਭਾਵੇਂ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਨਾਲ ਬੜੇ ਵਿਤਕਰੇ ਹੋਏ, ਪੰਜਾਬ ਨਾਲ ਅਨਿਆਂ ਹੋਇਆ, ਪਰ ਪਿਛਲੇ 2 ਸਾਲਾਂ ਵਿੱਚ ਪੰਜਾਬ ਬਿਲਕੁਲ ਲਾਭਵਾਰਸ ਬਣਿਆ ਪਿਆ, ਪੰਜਾਬ ਦਾ ਵਾਲੀ ਵਾਰਸ ਕੋਈ ਨਜ਼ਰ ਨਹੀਂ ਆ ਰਿਹਾ, ਪੰਜਾਬ ਦੇ ਕਾਰੋਬਾਰੀ ਪੰਜਾਬ ਛੱਡ ਕੇ ਭੱਜ ਰਹੇ ਨੇ, ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ। ਪੰਜਾਬ ਦੀ ਸਰਕਾਰ ਜਿਹੜੀ ਆ ਝੂਠ ਵਿਅੰਗਬਾਜ਼ੀ ਤੇ ਲਾਰੇਬਾਜ਼ੀ ਤੇ ਨਿਰਭਰ ਆ, ਔਰ ਪੰਜਾਬ ਦੀ ਸਰਕਾਰ ਦੀ ਅਣਜਾਣਤਾ ਤੇ ਈਗੋ ਕਰਕੇ
ਪੰਜਾਬ ਨੂੰ ਸੈਂਕੜੇ ਕਰੋੜ ਰੁਪਏ ਦਿੱਲੀ ਤੋਂ ਮਿਲਣ ਵਾਲੀਆਂ ਗ੍ਰਾਂਟਾਂ ਦੇ ਵਾਂਝੇ ਰਹਿ ਗਿਆ ਪੰਜਾਬ। ਪੰਜਾਬ ਜਿਹੜੀਆਂ ਕੇਂਦਰ ਸਕੀਮ ਕੇਂਦਰੀਆਂ ਸਕੀਮਾਂ ਦਾ ਪੈਸਾ ਪੰਜਾਬ ਨੂੰ ਮਿਲਣਾ ਸੀ, ਉਹ ਸਕੀਮਾਂ ਦੇ ਨਾਂ ਬਦਲਣ ਕਰਕੇ ਪੰਜਾਬ ਸਰਕਾਰ ਵੱਲੋਂ, ਭਗਵੰਤ ਮਾਨ ਅਤੇ ਕੇਜਰੀਵਾਲ ਦੀਆਂ ਫੋਟੋਆਂ ਲਾਉਣ ਕਰਕੇ, ਜਿਹੜੀਆਂ ਕਾਨੂੰਨੀ ਤੌਰ 'ਤੇ ਕੇਂਦਰ ਪੈਸਾ ਜਾਰੀ ਨਹੀਂ ਸੀ ਕਰ ਸਕਦਾ, ਪੰਜਾਬ ਨੂੰ ਕਰੋੜਾਂ ਰੁਪਏ ਦਾ ਰਗੜਾ ਲੱਗ ਗਿਆ। ਕੁਦਰਤੀ ਆਫਤਾਂ ਦਾ ਪੈਸਾ ਕੰਪਨਸੇਸ਼ਨ ਜਿਹੜਾ ਮਿਲਣਾ ਸੀ, ਉਹ ਸਮੇਂ ਸਿਰ ਫਾਰਮੈਲਿਟੀਆਂ ਪੂਰੀਆਂ ਨਾ ਕਰਨ ਕਰਕੇ ਪੰਜਾਬ ਸਰਕਾਰ ਦੀ ਅਣਜਾਣਤਾ ਅਣਗਹਿਲੀ ਕਰਕੇ ਕਰੋੜਾਂ ਰੁਪਏ ਦਾ ਪੰਜਾਬ ਨੂੰ ਉਹ ਮਾਂਝਾ ਲੱਗ ਗਿਆ। ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਜਿਸ ਤਰ੍ਹਾਂ ਫਜ਼ੂਲ ਖਰਚੀਆਂ ਕੀਤੀਆਂ, ਅੱਜ 1500 ਤੋਂ ਵੀ ਵੱਧ ਕਰਮਚਾਰੀ ਪੁਲਿਸ ਦਾ, ਕੇਜਰੀਵਾਲ ਉਹਦੇ ਰਿਸ਼ਤੇਦਾਰ ਅਤੇ ਉਹਦੇ ਮੰਤਰੀਆਂ ਦੀ ਰਾਖੀ ਲਈ ਦਿੱਲੀ ਬੈਠਾ। ਪੰਜਾਬ ਦੇ ਵਜ਼ੀਰਾਂ ਦੇ ਰਿਸ਼ਤੇਦਾਰਾਂ ਨੂੰ ਜਿਹੜੇ ਪੰਜਾਬ ਪੁਲਿਸ ਦੇ ਲੋਕ ਨੇ, ਉਹ ਵਿਆਹ ਸ਼ਾਦੀਆਂ ਭੋਗਾਂ 'ਤੇ ਲਈ ਫਿਰਦੇ ਨੇ, ਪੰਜਾਬ ਦੇ ਥਾਣੇ ਖਾਲੀ ਨੇ। ਇਸ ਕਰਕੇ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਆ, ਰੌਤੀਆਂ ਡਕੈਤੀਆਂ ਮਾਰਤਾੜ ਕਤਲੋ ਗਾਰ ਦਾ ਦੌਰ ਆ। ਪੰਜਾਬ ਸਹਿਮਿਆ ਹੋਇਆ, ਡਰਿਆ ਹੋਇਆ, ਭੈ ਭੀਤ ਹੋਇਆ, ਜਿਸ ਕਰਕੇ 85% ਇਨਵੈਸਟਰ ਪੰਜਾਬ ਛੱਡ ਕੇ ਯੂਪੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਚਲੇ ਗਏ, ਜਿਹਦੇ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਵੀ ਰਗੜਾ ਲੱਗ ਗਿਆ। ਕਲੈਕਸ਼ਨ ਜਿਹੜੀ ਟੈਕਸ ਦੀ ਘੱਟ ਹੋਏਗੀ, ਰੁਜ਼ਗਾਰ ਵੀ ਬੱਚਿਆਂ ਨੂੰ ਨਹੀਂ ਮਿਲ ਰਿਹਾ, ਬੱਚੇ ਜ਼ਮੀਨਾਂ ਅਤੇ ਦੁਕਾਨਾਂ ਵੇਚ ਕੇ ਕੈਨੇਡਾ ਅਮਰੀਕਾ ਨੂੰ ਜਾ ਰਹੇ ਨੇ, ਪੰਜਾਬ ਖਾਲੀ ਹੋ ਰਿਹਾ। ਅੱਜ ਮੋਹਾਲੀ ਦੇ ਸੈਕਟਰ 69 ਵਿੱਚ ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਰਜਿਸਟਰਡ ਐਸੋਸੀਏਸ਼ਨ ਨਗਰ ਮੋਹਾਲੀ ਦੇ ਗੁਰਦੁਆਰਾ ਸਾਹਿਬ ਵਿੱਚ 26ਵਾਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 182 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਸ ਮੌਕੇ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਇਹ ਕੈਂਪ PGI ਚੰਡੀਗੜ੍ਹ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਅਤੇ ਇਹ ਕੈਂਪ ਸਵੇਰੇ 10 ਵਜੇ ਸ਼ੁਰੂ ਹੋਇਆ ਸੀ ਤੇ 4 ਵਜੇ ਤੱਕ ਸਮਾਪਤ ਹੋਇਆ। ਦੇਖੋ, ਇਹ ਆਪਣਾ ਪੰਜਾਬੀ ਵਿਰਸਾ ਸੱਭਿਆਚਾਰ ਸੁਸਾਇਟੀ ਵੱਲੋਂ ਨਾ 26ਵਾਂ ਬਲੱਡ ਡੋਨੇਸ਼ਨ ਕੈਂਪ ਹੈ ਜੋ ਸਾਡੇ ਵੱਲੋਂ ਲਗਾਇਆ ਗਿਆ ਅੱਜ। ਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਨਾ, ਸਾਨੂੰ ਸਪੈਸ਼ਲੀ PGI ਬਲੱਡ ਬੈਂਕ ਵੱਲੋਂ ਅਪਰੋਚ ਕੀਤਾ ਜਾਂਦਾ ਵੀ ਤੁਸੀਂ ਗਰਮੀਆਂ ਦੇ ਵਿੱਚ ਕੈਂਪ ਲਾਓ, ਕਿਉਂਕਿ ਗਰਮੀਆਂ ਦੇ ਵਿੱਚ ਉੱਥੇ ਕਾਫੀ ਬਲੱਡ ਦੀ ਲੋੜ ਰਹਿੰਦੀ ਆ, ਬਲੱਡ ਬੈਂਕ ਦੇ ਵਿੱਚ ਲੋਕ ਘੱਟ ਡੋਨੇਟ ਕਰਦੇ ਨੇ। ਇਸ ਕਰਕੇ ਅਸੀਂ ਅੱਜ ਇਹ ਗੁਰਦੁਆਰਾ ਸਾਹਿਬ ਸੈਕਟਰ ਨੂੰ ਉੱਪਰ ਵਿਖੇ ਇਹ ਚਲਾਇਆ ਜੀ, ਤੇ ਬੜੇ ਉਤਸ਼ਾਹ ਨਾਲ ਲੋਕ ਆ ਰਹੇ ਨੇ, ਨੌਜਵਾਨ ਆਪਣੇ ਸਵੈ ਵਲੰਟੀਅਰ ਲਈ ਆ ਕੇ ਡੋਨੇਟ ਕਰ ਰਹੇ ਨੇ। ਕਿੰਨੇ ਕੁ ਗਰੁੱਪ ਜਿਹੜੀ ਆ, ਦੇਖੋ ਉਮੀਦ ਹੈਗੀ ਆ ਵੀ 200 ਦੇ ਕਰੀਬ ਯੂਨਿਟ ਇਕੱਠਾ ਹੋ ਜਾਊਗਾ ਤੇ 80-85 ਯੂਨਿਟ ਇਕੱਠੇ ਹੋ ਚੁੱਕੇ ਨੇ ਤੇ ਬਾਕੀ ਆਪਣਾ ਆ ਰਹੇ ਨੇ ਮੁੰਡੇ। PRTC ਦੀ ਬੱਸ ਦੇ ਟਰਾਲੀ ਦੀ ਟੱਕਰ ਵਿੱਚ ਅੱਧਾ ਦਰਜਨ ਬੱਸ ਸਵਾਰੀਆਂ ਜ਼ਖਮੀ ਹੋਈਆਂ। PRTC ਬੱਸ ਸੰਗਰੂਰ ਤੋਂ ਕੈਂਥਲ ਜਾ ਰਹੀ ਸੀ, ਸਮਾਣਾ 7 ਵਜੇ ਬੱਸ ਸਟੈਂਡ ਤੋਂ ਨਿਕਲੀ ਹੈ ਅਤੇ ਉਸ ਦੇ ਬਾਅਦ ਪਿੰਡ ਬਦਨਪੁਰ ਦੇ ਨੇੜੇ ਪਹੁੰਚਣ ਤੇ ਸਾਹਮਣੇ ਤੋਂ ਆ ਰਹੇ ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਅੱਗੇ ਲੰਘ ਰਿਹਾ ਬੱਸ ਵੀ ਸਵਾਰ ਸਵਾਰੀਆਂ ਗੰਭੀਰ ਜ਼ਖਮੀ ਹੋ ਗਏ। ਉਹਨਾਂ ਨੂੰ 108 ਐਂਬੂਲੈਂਸ ਰਾਹੀਂ ਸਮਾਣਾ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਸਦਰ ਪੁਲਿਸ ਥਾਣਾ ਵੀ ਮੌਕੇ ਤੇ ਪਹੁੰਚ ਗਈ ਤੇ ਲੇਕਿਨ ਲੋਕਾਂ ਨੇ ਮੰਗ ਕੀਤੀ ਕਿ ਸਮਾਣਾ ਤੋਂ ਜਿਹੜੇ ਸੜਕ ਹੈ ਰਾਮਨਗਰ ਤੱਕ ਚੌੜੀ ਕੀਤੀ ਜਾਵੇ। ਕਰੀਬ 6 ਟਿੱਪਰ ਦੇ ਟਰਾਲੇ ਰੋਜ਼ਾਨਾ ਸੜਕ ਤੋਂ ਗੁਜ਼ਰਦੇ ਹਨ ਜਿਸ ਦੇ ਕਾਰਨ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਕਿਸ ਤਰ੍ਹਾਂ ਦੇ ਤੁਸੀਂ ਦੇਖ ਰਹੇ ਹੋ, ਕੀ ਹਾਦਸਾ ਕਾਸ ਕਾਸ ਦਾ ਹੋਇਆ? ਬੱਸ ਦਾ ਤੇ ਇੱਕ ਘੋੜੇ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਕਾਫੀ ਬੱਸ ਦਾ ਨੁਕਸਾਨ ਹੈ, ਸਵਾਰੀਆਂ ਸੱਟਾਂ ਲੱਗੀਆਂ ਨੇ ਤੇ ਬਿਆਨ ਹਾਸਲ ਕਰਕੇ ਕਾਰਵਾਈ ਕਰਾਂਗੇ। ਮੌਕੇ ਤੇ ਆ ਗਿਆ ਜਿਹੜੇ ਜਿਹੜੇ ਟਰਾਲੇ ਚੱਲ ਰਹੇ ਇਸ ਰੋਡ ਦੇ ਉੱਤੇ, ਇਸ ਤੇ ਕੋਈ ਕੰਟਰੋਲ ਕਰਨ ਦੀ ਮਤਲਬ ਪੁਲਿਸ ਵੱਲੋਂ ਸਿਰਫ ਬਹੁਤ ਟਿੱਪਰ ਸਾਲ ਦੇ ਟਰਾਲੇ 400-500 ਟਰਾਲਾ ਘੱਟੋ ਘੱਟ ਗੁਜ਼ਰਦਾ ਇਸ ਰੋਡ ਦੇ ਉੱਤੇ।
ਇਹ ਸੜਕ ਖਰਾਬ ਹੋਣ ਕਰਕੇ ਟਰਾਲਾ ਦਾ ਗੁਜ਼ਰ ਰਿਹਾ, ਪਰ ਇਹਨਾਂ ਨੂੰ ਹਰ ਸਮੇਂ ਸਮੇਂ 'ਤੇ ਟ੍ਰੈਫਿਕ ਦੇ ਨਿਯਮਾਂ ਤੋਂ ਜਾਣੂ ਕਰਾਇਆ ਜਾ ਰਿਹਾ, ਪਰ ਫਿਰ ਵੀ ਕਈ ਵਾਰੀ ਸੁੱਤਾ ਹੋਇਆ ਸਕਦਾ ਰਾਤ ਦਾ ਸਵੇਰ ਦਾ ਸਮਾਂ ਕੁਛ ਲੱਗਿਆ ਪਤਾ ਹੁਣ ਤਾਂ ਕਾਰਨ ਕੀ ਹਾਦਸੇਗਾ ਇੱਥੇ ਕੋਈ ਸਪੀਡ ਜਾਂ ਹੋਰ ਸੀ ਇੱਥੇ ਮੋੜ ਪੈਂਦਾ ਇੱਕੋ ਵਾਰ ਕਿਤੇ ਟਰਾਲਾ ਲੰਬਾ ਹੋਣ ਕਰਕੇ ਜਾਂ ਇੰਦਰਜੀਤ ਸਿੰਘ ਹੈ ਜੀ ਇੰਦਰਜੀਤ ਸਿੰਘ ਇੰਦਰਜੀਤ ਜੀ ਤੁਸੀਂ ਇਹ ਬੱਸ ਕਿੰਨੇ ਵਜੇ ਚੱਲਦੀ ਹੈ ਸਵਾਣੇ ਤੋਂ 6:40 ਤੇ 6:40 ਤੇ ਪੌਣੇ 7 ਦੇ ਆਸ ਪਾਸ ਨਿਕਲੀ ਹੈ ਅਤੇ 15 ਮਿੰਟ ਬਾਅਦ ਜਾ ਕੇ 15 ਮਿੰਟ ਲੱਗੇ ਹੁਣ ਉੱਥੇ ਪਹੁੰਚਣਾ ਮੈਨੂੰ ਜੀ ਤੁਸੀਂ ਪਿੱਛੇ ਬੈਠੇ ਸੀ ਅੱਗੇ ਸੀ ਮੈਂ ਅੱਗੇ ਬੈਠਿਆ ਸੀ ਅੱਗੇ ਇਹ ਸਾਹਮਣੇ ਤੋਂ ਆਇਆ ਟਰਾਲਾ ਹਾਂਜੀ ਡਿਊਟੀ ਕਿੱਥੇ ਤੁਹਾਡੀ ਮੇਰੀ C1 ਜੀ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮੁਗਲਾਣੀ ਵਿਖੇ ਜਾਣਕਾਰੀ ਦਿੰਦੇ ਹੋਏ ਵਿਧਵਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਹਿੱਸੇ ਦੀ ਆਉਂਦੀ ਜ਼ਮੀਨ ਦੇ ਵਿੱਚ ਬੀਜੀ ਕਣਕ ਦੀ ਫਸਲ ਵੱਢ ਰਹੀ ਸਨ ਪਰ ਉਹਨਾਂ ਦੀ ਜਠਾਣੀ ਅਤੇ ਉਸਦੇ ਲੜਕੇ ਵੱਲੋਂ ਹਮੇਸ਼ਾ ਇਸ ਤਰ੍ਹਾਂ ਉਹਨਾਂ ਦੇ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਸ ਵਾਰ ਵੀ ਜਦ ਉਹਨਾਂ ਵੱਲੋਂ ਕਣਕ ਦੀ ਫਸਲ ਵੱਢੀ ਜਾ ਰਹੀ ਸੀ ਤਾਂ ਉਸਦੀ ਜਠਾਣੀ ਅਤੇ ਮੁੰਡੇ ਵੱਲੋਂ ਆਪਣੇ ਨਾਲ ਹੋਰ ਵਿਅਕਤੀ ਲਿਆ ਕੇ ਕਣਕ ਵੱਢਣ ਅਤੇ ਉਹਨਾਂ ਨੂੰ ਰੋਕਿਆ ਗਿਆ ਅਤੇ ਕੁੱਟਮਾਰ ਵੀ ਕੀਤੀ ਗਈ ਤੇ ਉਹਨਾਂ ਵੱਲੋਂ ਵੱਢੀ ਹੋਈ ਕਣਕ ਦੀ ਫਸਲ ਖੇਤਾਂ ਵਿੱਚ ਹੀ ਸੁੱਟਵਾ ਦਿੱਤੀ ਗਈ। ਕਾਲੀ ਇਹਨਾਂ ਸਾਡੇ ਬੁੱਢੇ ਨੇ ਸਾਨੂੰ ਵੰਡ ਕੇ ਦਿੱਤੀ ਸੀ ਤੇ ਇਹਨਾਂ ਨੇ ਆਪਣਾ ਹਿੱਸਾ ਖਾ ਲਿਆ ਵਾ ਤੇ ਹੁਣ ਸਾਡੇ ਹਿੱਸੇ ਦੇ ਆਣ ਕੇ ਤੇ ਡਿੱਕੇ ਡਾਉਂਦੇ ਆ। ਜੇ ਅਸੀਂ ਫਸਲ ਬੀਜਦੇ ਹਾਂ ਤਾਂ ਸਾਡੀ ਫਸਲ ਵਾਹ ਦਿੰਦੇ ਆ। 50 ਵਾਰਾਂ ਹੀ ਰਾਜੀਨਾਮੇ ਕੀਤੇ ਆ ਪਰ ਸਾਡੇ ਨਾਲ ਧੱਕਾ ਕਰਨ ਡਏ ਆ। ਇੱਕ ਗੁਰਜੰਟ ਸਿੰਘ ਆ, ਰਣਜੀਤ ਸਿੰਘ ਆ, ਇੱਕ ਇਹਨਾਂ ਦਾ ਪੜਵਈਆ ਪਰਮਜੀਤ ਸਿੰਘ ਧੁੰਦੇ ਦਾ, ਉਹਦੀ ਜਿੰਨੀ ਸ਼ਹਿ ਉਹਦੀ ਆ। ਥਾਣੇ ਬੈਰੋਵਾਲ ਸਾਡੇ ਕੋਲ ਪਾਇਆ ਨਹੀਂ ਆ ਵੀਰ, ਇਹ ਪੈਸੇ ਕਵਾ ਕੇ ਸਾਡੇ ਵਰਕ ਲਾਭ ਸਾਨੂੰ ਆਣ ਕੇ ਕਦੀ ਪੁਲਿਸ ਘੱਲ ਦਿੰਦਾ ਮੇਰੇ ਵੱਲ, ਕਦੀ SHO ਨੂੰ ਘੱਲ ਦਿੰਦਾ ਮੇਰੇ ਵੱਲ। ਮਾਂ ਪੁੱਤ ਇਕੱਲੇ ਰਹਿੰਦੇ, ਆਲਾ ਦੁਆਲਾ ਸਾਡੇ ਕੋਈ ਨਹੀਂ ਹੈਗਾ। ਮੈਂ ਵੀ ਦਵਾ ਜਨਾਨੀ ਜੇ ਮੇਰੇ ਪੁੱਤ ਨੂੰ ਖੁਸ਼ ਹੋ ਗਿਆ ਤੇ ਇਹ ਜ਼ਿੰਮੇਵਾਰ ਆ। ਸਰ ਸਾਡੇ 250 ਚੜਿਆ ਥਾਂ ਤੇ 2.5 ਕਿੱਲੇ ਚੜੇ ਹੋਈ ਉਹ ਬੋਲ ਡਏ ਆ। ਅਸੀਂ ਇਹਨਾਂ ਨੂੰ ਆਖਿਆ ਨਿਸ਼ਾਨਦੇਹੀ ਕਰਾ ਲਓ, ਜੇ ਅਸੀਂ ਵੱਧ ਨਿਕਲੂਗੀ ਅਸੀਂ ਛੱਡਾਂਗੇ। ਅਸੀਂ ਥਾਣੇ 'ਚ ਵੀ ਆਖਿਆ, ਅਸੀਂ ਬੰਦਿਆਂ 'ਚ ਵੀ ਆਖਿਆ, ਜੇ ਸਾਡੇ ਥੱਲੇ ਨਿਕਲੂਗੀ ਤਾਂ ਅਸੀਂ ਛੱਡਾਂਗੇ। ਕਨਾਲ 2 ਕਨਾਲ ਅਸੀਂ ਜਿਹੜਾ ਕਰਜ਼ਾ ਲਾਇਆ ਅਸੀਂ ਕਿਹਾ ਉਹ ਵਿੱਚ ਬੰਦੇ ਇਕੱਠੇ ਕਰਕੇ ਅਸੀਂ ਉਹ ਵੀ ਦੱਸਾਂਗੇ। ਅਸੀਂ 3.5 ਲੱਖ ਦਾ ਵੀਰ ਕਰਜ਼ਾ ਲਾਇਆ ਇਹਨਾਂ ਦਾ। ਇਹਦਾ ਮੁੰਡਾ ਬਾਹਰ ਗਿਆ ਸੀਗਾ, ਸਾਡੇ ਕੋਲ ਮਿਣਗਾਲਾ ਗਵਾਹ ਹੈਗਾ, ਜਦ ਕੋਲ ਪੈਲੀ ਗਹਿਣੇ ਪਈ ਸੀ ਅਸੀਂ ਛਡਾਈ ਆ, ਸਾਡੇ ਕੋਲ ਗਵਾਹ ਹੈਗਾ। ਇਹਦਾ ਮੁੰਡਾ ਬਾਹਰ ਗਿਆ ਜਿਹਨੇ ਘੱਲਿਆ, ਉਹ ਸਾਡੇ ਕੋਲ ਗਵਾਹ ਹੈਗਾ। ਜਿਹੜੇ ਪੰਚਾਇਤ 'ਚ ਅਸੀਂ ਪਿੰਡ ਦੇ 'ਚ ਆਪਣੇ ਪਤੀ ਦੇ ਸਾਹਮਣੇ ਪੈਸੇ ਦਿੱਤੇ ਸੀ ਉਹਨੂੰ, ਸਾਡੇ ਕੋਲ ਵੀ ਗਵਾਹ ਹੈਗੇ ਆ। ਇਹ ਮੇਰੀ ਜਠਾਣੀ ਆ, ਇਹਦਾ ਮੁੰਡਾ ਵਾ ਗਾੜੀ, ਤੇ ਉਹਦਾ ਜਵਾਈ ਆ, ਤੇ ਉਹਦਾ ਪੜਵਈਆ ਵਾ ਪਰਮਜੀਤ ਸਿੰਘ, ਤੇ ਜਵਾਈ ਗੁਰਜੰਟ ਸਿੰਘ ਆ, ਨਾਲ ਕੋੜਮੇ ਆ। ਇਹ ਸਾਰੇ ਜਣੇ ਕੱਲ ਮੇਰੇ ਮੁੰਡੇ ਨੇ ਤੇ ਮੈਨੂੰ ਘੇਰਾ ਪਾ ਲਿਆਣ ਕੇ ਇਹਨਾਂ ਨੇ। ਇਹ ਹੈਗੇ ਤੇ ਮੇਰੀ ਗਵਾਂਢਾਂ ਨੇ, ਮੇਰੀ ਜਠਾਣੀ ਇਸੇ ਪਿੰਡ ਦੀ ਆ, ਰਣਜੀਤ ਸਿੰਘ ਸਨ ਆਫ ਕੁਲਵੰਤ ਸਿੰਘ, ਪਿਓ ਦਾ ਨਾਮ ਆ ਰਜਵੰਤ ਕੌਰ, ਮਾਂ ਦਾ ਨਾਂ ਆ, ਤੇ ਪਿਓ ਜਿਹੜਾ ਹੈਗਾ ਜਵਾਈ ਆ, ਉਹ ਧੁੰਦੇ ਦਾ ਇੱਥੋਂ ਦਾ ਵਾ, ਭੂਈਆਂ ਦਾ ਵਾ ਗੁਰਜੰਟ ਸਿੰਘ, ਤੇ ਨਾਲ ਉਹਦਾ ਪਿਓ ਆ ਤੇ ਜਿਹੜਾ ਪੜਵਈਆ ਵਾ ਉਹ ਧੁੰਦੇ ਦਾ ਵਾ ਪਰਮਜੀਤ। ਪਹਿਲਾਂ ਸਰ ਇਹ ਹੈ ਕਿ ਇਹਨਾਂ ਦੇ ਜਿਉਂ ਇਹਨਾਂ ਦਾ ਪੈਲੀ ਦਾ ਵੰਡ ਵੰਡਾਈਆ ਹੋਇਆ ਤੁਹਾਨੂੰ ਦੱਸ ਦਿੱਤਾ ਦੀਦੀ ਨੇ, ਤੇ ਜਿਉਂ ਇਹਨਾਂ ਨੇ ਉਹਨੂੰ ਕੀ ਕਹਿੰਦੇ ਆਉਂਦੇ ਆ ਆਪਣੀ, ਇਹਨਾਂ ਦਾ ਹਰ ਵਾਰੀ ਲਫੜਾ ਹੁੰਦਾ, ਹਰ ਵਾਰੀ ਮੈਨੂੰ ਆਉਣਾ ਪੈਂਦਾ, ਕਦੀ ਰਾਤ ਨੂੰ ਬੰਦੇ ਲੈ ਕੇ ਪੈ ਜਾਂਦਾ, ਕਦੀ ਦਿਨੇ ਪੈ ਜਾਂਦਾ, ਤੇ ਜਦੋਂ ਰਾਤ ਨੂੰ ਫੋਨ ਕਰਦੀ ਰਾਤ ਨੂੰ ਪਹੁੰਚਦੇ। ਅੱਗੇ ਵੀ ਇਹਦੇ ਮੁੰਡੇ ਨੂੰ ਸੱਟਾਂ ਇੰਨੀਆਂ ਲਾਈਆਂ ਕਿ 3-4 ਵਾਰੀ ਰਾਜੀਨਾਮਾ ਹੋ ਚੁੱਕਾ, ਮੱਧੀ ਰਾਤ ਆਉਣੀ ਆ, ਇਹ ਵਿਚਾਰੀ ਮੈਨੂੰ ਫੋਨ ਕਰਦੀ ਹੈ ਕਿ ਮੁੰਡੇ ਨੂੰ ਕੌਣ ਚੁੱਕ ਕੇ ਖੜੂਗਾ, ਹਾਏ ਮੇਰੇ ਮੁੰਡੇ ਨੂੰ ਮਾਰ ਦੇਣਾ, ਫਿਰ ਇੱਥੇ ਆਉਣ ਵਾਲਾ ਕੋਈ ਨਹੀਂ ਹੈਗਾ ਹੈਗਾ, ਅਤੇ ਕੋਈ ਸਹਾਇਤਾ ਨਹੀਂ ਕੀਤੀ ਜਾਂਦੀ। SSP ਦੇ ਵੀ ਦਰਖਾਸਤ ਦੇ ਕੇ ਵੇਖ ਲਈ, ਉਹ ਵੀ ਹੈਗਾ ਸਾਡੇ ਕੋਲ, ਵੈਰੋਵਾਰ ਵਾਲੀ ਪੁਲਿਸ ਸਾਰੀ ਵਿਕੀ ਹੋਈ ਆ, ਮੈਂ ਸ਼ਰੇਆਮ ਕਹਿੰਦੀ ਕਿ ਸਾਰੀ ਵਿਕੀ ਹੋਈ ਹੈ। ਜਿਹੜਾ ਇਹ ਅਸੀਂ ਬਲਜਿੰਦਰ ਆ ਨਾ, ਉਹ ਤਾਂ ਬਿਲਕੁਲ ਨਸ਼ੇ ਵਾਲਾ ਵੀ, ਕਿਹਾ ਉਹਨੂੰ ਮੈਂ ਕਿਹਾ ਤੂੰ 4 ਚੁਫੇਰੇ ਪਤਾ ਕਰ ਕਿੰਨੇ ਬੀਜੀ ਹੈ, ਕਿਹਦੇ ਥੱਲੇ ਵਗਣ ਦਈ ਹੈ, ਮੈਂ ਕਿਹਾ ਜਾਣਕਾਰੀ ਆਪਾਂ ਲੈ ਸਕਦੇ, ਮੈਂ ਤੁਸੀਂ ਪੁਲਿਸ ਵਾਲੇ ਜੀ, ਪਰ ਉਹ ਉਸ ਗੱਲ ਵੱਲ ਆਉਂਦਾ ਹੀ ਨਹੀਂ, ਉਹ ਕਹਿੰਦਾ ਨਹੀਂ। ਹੈਲੋ, ਹਾਂਜੀ ਰਵੀ ਖਹਿਰਾ ਗੱਲ ਕਰਦਾ ਜੀ, ਪੱਤਰਕਾਰ। ਹਾਂਜੀ ਪੱਤਰਕਾਰ ਰਵੀ ਖਹਿਰਾ ਗੱਲ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ, ਖਹਿਰਾ ਸਾਹਿਬ ਕੀ ਹਾਲ ਆ? ਠੀਕ ਠਾਕ, ਤੁਸੀਂ ਸੁਣਾਓ? ਵਧੀਆ ਵਧੀਆ।
ਕੁਲਵਿੰਦਰ ਕੌਰ ਵਿਧਵਾ ਸੁਖਵੰਤ ਸਿੰਘ ਪਿੰਡ ਮਗਲਾਣੀ ਉਹਨਾਂ ਦੀ ਕੋਈ ਜ਼ਮੀਨ ਆ ਅਤੇ ਉਹ ਕਹਿੰਦੇ ਕਿ ਦੂਜੀ ਧਿਰ ਆਣ ਕੇ ਸਾਡੀ ਜ਼ਮੀਨ ਵਾਹ ਜਾਂਦੀ ਆ ਅਤੇ ਰਾਤੀ ਵੀ ਕਣਕ ਵੱਢਣ ਡਿਆ ਸੀ ਅਤੇ ਉਹ ਦੂਜੀ ਧਿਰ ਆਣ ਕੇ ਗੁੰਡਾਗਰਦੀ ਕਰਕੇ ਅਤੇ ਉਹਨਾਂ ਦੀ ਕਣਕ ਨਹੀਂ ਵੱਢਣ ਦਿੱਤੀ। ਸਾਡੀ ਜਿਹੜੀ ਕਣਕ ਆ ਉਹ ਵੱਢੀ ਵਢਾਈ ਪੈਲੀ ਵਿੱਚ ਸੁਟਵਾ ਦਿੱਤੀ ਗਈ ਹੈ ਅਤੇ ਥਾਣਾ ਬੈਰੋਵਾਲ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ। ASI ਬਲਜਿੰਦਰ ਸਿੰਘ ਕੋਲ ਕੇਸ ਆ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕੀ ਕਹਿਣਾ ਜੀ? ਅੱਛਾ ਜੀ, ਤੁਸੀਂ ਕੈਮਰੇ ਸਾਹਮਣੇ ਆਓਗੇ? ਨਹੀਂ, ਮੈਂ ਕਿਹਾ ਤੁਸੀਂ ਕੈਮਰੇ ਦੇ ਸਾਹਮਣੇ ਆਣ ਕੇ ਬੋਲੋਗੇ? ਕੀ ਬੋਲਣਾ? ਬਾਈਟ ਦਿਓਗੇ? ਇਹੋ ਹੀ ਕਿ ਤੁਹਾਡੇ ਕੋਲ ਮਸਲਾ ਵਾ, ਕੀ ਤੁਸੀਂ ਕਰਵਾਇਆ ਸੀ, ਕੀ ਤੁਸੀਂ ਕਿਹਾ ਸੀ ਪਾਰਟੀਆਂ ਨੂੰ? ਤਰਨ ਤਰਨ ਵਿੱਚ ਵੱਡੀ ਵਾਰਦਾਤ, ਧਾਰਮਿਕ ਸਥਾਨ ਕੋਲ ਸਿਗਰਟ ਪੀਣ ਤੇ ਰੋਕਣ ਤੇ ਲੜਾਈ, ਇੱਕ ਵਿਅਕਤੀ ਦੀ ਹੋਈ ਮੌਤ। ਇਸ ਸੰਬੰਧੀ ਥਾਣਾ ਸਿਟੀ ਤਰਨ ਤਰਨ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਨਫੋਰਮੇਸ਼ਨ ਆਇਆ ਸਾਡੇ ਥਾਣੇ ਵੀ ਇੱਕ ਉੱਥੇ ਝੁੱਗੀਆਂ ਝੌਂਪੜੀਆਂ ਦੇ ਮੁਰਾਦਪੁਰੇ ਰਹਿੰਦੇ ਨੇ ਅਤੇ ਉੱਥੇ ਇਹਨਾਂ ਦਾ 22 ਤਰੀਕ ਦਾ ਵਕੂਆ, 22 ਤਰੀਕ ਨੂੰ ਇਹਨਾਂ ਦਾ ਝਗੜਾ ਹੋਇਆ ਵੀ ਉਹ ਤੇ ਪੀਰ ਦੀ ਜਗ੍ਹਾ ਲੱਗੇ ਸਿਗਰਟ ਬੀੜੀਆਂ ਪੀਣ ਡੇ ਸੀ ਬਲਦੇਵ ਸਿੰਘ ਅਤੇ ਗੈਵੀ, ਅਤੇ ਇਹਦੇ ਮਰਨ ਵਾਲੇ ਸਰੀਰ ਨੇ ਉਹਨਾਂ ਨੂੰ ਕਿਹਾ ਵੀ ਪੀਰ ਦੀ ਜਗ੍ਹਾ ਲੱਗੇ ਨਾ ਬੀੜੀਆਂ ਪਾਓ, ਇਹ ਵਜ੍ਹਾ ਰੰਜਿਸ਼ ਕਰਕੇ ਉਹਨੂੰ ਇਹਨਾਂ ਫੜ ਕੇ ਉਹਦੇ ਸਿਰ 'ਚ ਇੱਟ ਮਾਰੀ, ਜਿਹੜਾ ਉਹਦੇ ਸੱਟ ਲੱਗੀ ਜ਼ਿਆਦਾ ਸਿੱਟ ਹੋਣ ਕਰਕੇ ਇਹਨਾਂ ਨੇ ਕਿਸੇ ਇਨਫੋਰਮੇਸ਼ਨ ਨਹੀਂ ਦਿੱਤੀ, ਇਹਨਾਂ ਹਸਪਤਾਲ ਦਾਖਲ ਕਰਾ ਦਿੱਤਾ ਅੰਮ੍ਰਿਤਸਰ। ਅੱਜ ਸੁਬਹਾ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਆ, ਜਿਹਦੇ ਉਹਦੇ ਕਰਕੇ ਉਹਦੇ ਬਿਆਨ ਲਿਖ ਕੇ ਅਤੇ ਉਹਨਾਂ ਦੀ ਕਾਰਵਾਈ ਕੀਤੀ ਗਈ ਹੈ ਜੀ। ਮਰਨ ਵਾਲੇ ਦੇ ਨਾਂ ਸੁਨੀਲ ਕੁਮਾਰ, ਇਹ ਵੀ ਉਹਨਾਂ ਝੁੱਗੇ ਝੌਂਪੜੇ ਦਾ ਹੀ ਆ, ਅਤੇ ਜਿਹੜਾ ਦੋਸ਼ੀ ਜਿਹੜੇ ਬਲਦੇਵ ਸਿੰਘ ਅਤੇ ਗੈਵੀ, ਇਹ ਵੀ ਉਹਨਾਂ ਦੇ ਨਾਲ ਦੇ ਲਾਗੇ ਘਰ ਰਹਿੰਦੇ ਨੇ, ਝੁੱਗੀਆਂ ਉੱਥੇ ਹੀ ਆ। ਮੇਰਾ ਨਜ਼ਰੀਨਾ ਇਹ ਕਿਸ ਤਰ੍ਹਾਂ ਹੋਇਆ ਹਾਸਾ ਤੁਹਾਡੇ ਬੇਟੇ ਨਾਲ ਆਸਾ ਇਹ ਬੈਠੇ ਸੀ ਪੀਰ ਦੀ ਜਗ੍ਹਾ 'ਤੇ ਪੀਣ ਦਾ ਪੇਪਰ ਪੂਪਰ ਪੀਣ ਦਾ ਅਤੇ ਮੇਰੇ ਬੇਟੇ ਨੇ ਟੱਕੇ ਵੀ ਨਾ ਪੀਊ, ਅੱਧੀ ਰਾਤ ਆਪਣੇ ਘਰ ਜਾਵੋ ਤਾਂ ਉਹ ਪਗਾੜੀਆਂ ਉਹ ਮੁੰਡ
ਨਿਕਲੀ ਹੋਈ ਆ। ਤੇ ਜਿਹਨਾਂ ਨੇ ਹਮਲਾ ਕੀਤਾ ਮਾਰਿਆ ਉਹਨਾਂ ਦਾ ਨਾਂ ਕੀ ਆ? ਉਹ ਇੱਕ ਬਲਦੇਵ ਆ, ਇੱਕ ਗੈਵੀ ਆ, ਇੱਕ ਸੁਨੀਲ ਉਸ ਮੁੰਡੇ ਦੇ ਨਾਲ, ਇੱਕ ਦੀਪਕ ਹੈ। ਬਾਕੀ ਭੱਜ ਭੁੱਜ ਗਿਆ, ਬਾਕੀ ਨਹੀਂ ਵੇਖੇ। ਕੀ ਮੰਗ ਕਰਦੇ ਤੁਸੀਂ? ਕੰਮ ਦਿਹਾੜੀ ਦੋਰੀ ਦਿਹਾੜੀ ਇਨਸਾਫ ਦੀ ਮੰਗ ਕਰਦੇ।
ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਹਿਤ ਲੋਕ ਸਭਾ ਹਲਕਾ ਖੰਡੂਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਨੇ ਵੱਖ ਵੱਖ ਪਿੰਡਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਅਤੇ ਪੰਥਕ ਆਗੂ ਜਸਕਰਨ ਸਿੰਘ ਕਾਨ ਸਿੰਘ ਵਾਲਾ ਵੱਲੋਂ ਸੰਗਤਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਦੌਰਾਨ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਹਾਜ਼ਰੀ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਇੰਨੀਆਂ ਸੰਗਤਾਂ ਦਾ ਪਿਆਰ ਵੇਖ ਕੇ ਸੰਗਤਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਕਿ ਜਿਹੜੀਆਂ ਸੰਗਤਾਂ ਇੰਨਾ ਪਿਆਰ ਦੇ ਰਹੀਆਂ, ਬਹੁਤ ਬਹੁਤ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ। ਬਾਕੀ ਮੈਂ ਇਹਨਾਂ ਨੂੰ ਅਪੀਲ ਵੀ ਕਰਦੀ, ਬੇਨਤੀ ਵੀ ਕਰਦੀ ਹਾਂ ਕਿ ਤੁਸੀਂ ਵੱਧ ਚੜ੍ਹ ਕੇ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲਿਆਈਏ ਤਾਂ ਜੋ ਸਾਰੇ ਪੰਜਾਬ ਦੇ ਆਪਣੇ ਮਸਲੇ ਹੱਲ ਹੋਣ, ਬੰਦੀ ਸਿੰਘਾਂ ਦੀ ਗੱਲ ਹੋ ਸਕੇ, ਪਾਣੀਆਂ ਦੀ ਗੱਲ ਹੋ ਸਕੇ, ਪੰਜਾਬ ਦੇ ਹਰ ਮੁੱਦੇ 'ਤੇ ਵਿਚਾਰਿਆ ਜਾਵੇ, ਆਪਣੇ ਪੰਥ ਨੂੰ ਪੰਜਾਬ ਨੂੰ ਬਚਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅਸੀਂ ਸੰਗਤ ਰੂਪ ਦੇ ਵਿੱਚ ਗੁਰਦੁਆਰਾ ਸੈਫਲਾ ਦਾ ਬਾਅਦ ਜਿਹੜੀ ਗੁਰੂਆਂ ਦੀ ਸਾਡੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਸਾਡੇ ਮਹਾਂਪੁਰਸ਼ ਬਾਬਾ ਲੀਡਰ ਸਿੰਘ ਜੀ ਅਤੇ ਅਸੀਂ ਸਾਰਿਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਜਿਹੜੇ ਖੰਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਉਹਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਅਸੀਂ ਤੁਰੇ ਹਾਂ। ਹੁਣ ਜਦੋਂ ਸਾਡੀ ਗੱਲ ਕਿਸੇ ਪ੍ਰੈਜੀਡੈਂਟ ਨੇ ਨਹੀਂ ਸੁਣੀ, ਸਾਡੀ ਗੱਲ ਪ੍ਰਧਾਨ ਮੰਤਰੀ ਨੇ ਸੁਣੀ ਨਹੀਂ, ਨਾ ਸਾਡੀ ਗੱਲ ਕਿਸੇ ਚੀਫ ਮਿਨਿਸਟਰ ਨੇ ਸੁਣੀ ਆ, ਨਾ ਰਾਜ ਸਭਾ ਦੇ ਮੈਂਬਰ ਨੇ ਸੁਣੀ ਆ, ਨਾ ਲੋਕ ਸਭਾ ਦੇ ਮੈਂਬਰ ਨੇ ਸੁਣੀ ਆ। ਜਦੋਂ 92 MLA ਨੇ ਨਹੀਂ ਸੁਣੀ, ਨਾ ਸਾਡੀ ਕਿਸੇ ਨੇ ਕੋਰਟ ਨੇ ਸੁਣੀ, ਫਿਰ ਸੰਵਿਧਾਨ ਦੀ ਧਾਰਾ 14-19 ਦੇ ਮੁਤਾਬਕ ਅਸੀਂ ਧਰਨੇ ਮੁਜ਼ਾਹਰੇ ਕੀਤੇ, ਫਿਰ ਵੀ ਨਹੀਂ ਸੁਣੀ ਗਈ। ਫਿਰ ਕਾਨੂੰਨ ਦੇ ਮੁਤਾਬਕ ਸਾਡਾ ਹੱਕ ਹੈ ਕਿ ਜਮਹੂਰੀਅਤ ਦੇ ਵਿੱਚ ਹਿੱਸਾ ਲਈਏ ਅਤੇ ਪਾਰਲੀਮੈਂਟ ਦੀ ਚੋਣ ਜਿਹੜੇ ਚੋਣ ਲੜ ਰਹੇ ਹੈ, ਹੁਣ ਹੱਕ ਅਸੀਂ ਸੰਗਤ ਦੇ ਰਾਹੀਂ ਇਹ ਲਵਾਂਗੇ। ਸੰਗਤ ਸਾਡੀ ਜੱਜ ਵੀ ਹੈ ਅਤੇ ਵਕੀਲ ਵੀ ਹੈ। ਇਹ ਫੈਸਲਾ ਇਹਨਾਂ ਨੇ ਆਪਣੇ ਭਵਿੱਖ ਦਾ 5 ਸਾਲ ਲਈ ਕਰਨਾ ਅਤੇ ਐਤਕੀ ਫੈਸਲਾ ਬਹੁਤ ਅੱਛਾ ਉਹ ਕਰਨਗੇ, ਕਿਉਂਕਿ ਕਦੇ ਵਕੀਲ ਕੋਲ ਪਾਵਰ ਇਕੱਲੀ ਵਕੀਲਾਂ ਦੀ ਹੈ, ਜੱਜ ਕੋਲ ਪਾਵਰ ਇਕੱਲੀ ਜੱਜ ਦੀ ਹੈ। ਸੰਗਤ ਕੋਲ 2 ਪਾਵਰਾਂ, ਵਕੀਲ ਦੀ ਵੀ ਅਤੇ ਜੱਜ ਦੀ ਵੀ। ਹੁਣ ਦੋਨੇ ਜੱਜ ਅਤੇ ਵਕੀਲ ਬਣ ਕੇ ਫੈਸਲਾ ਕਰਨਗੇ। ਅੱਜ ਵਕੀਲ ਵੀ ਸਾਡੇ ਕੋਲ ਆਏ ਬੈਠੇ ਹੈ ਅਤੇ ਜੱਜ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਅੱਜ ਜੱਜ ਅਤੇ ਇੱਕ ਵਕੀਲ ਇਕੱਠੇ ਹੋ ਗਏ ਹੈ ਅਤੇ ਫੈਸਲਾ ਕਰਨਾ। ਅੰਮ੍ਰਿਤਪਾਲ ਬਸ ਜਿੱਤਣਗੇ, ਜੀਰੇ ਤੋਂ ਬੜੇ ਬੰਦੇ ਆ ਰਹੇ ਹੈ। ਇਸੇ ਤਰੀਕੇ ਮੈਂ ਫਿਰੋਜ਼ਪੁਰ ਤੋਂ ਲੋਕ ਸਭਾ ਦੀ ਚੋਣ ਲੜ ਰਿਹਾ, ਉਹ ਵੀ ਆਮ ਮਾਰੇ ਲੋਕ ਚੱਲ ਰਹੇ ਨੇ, ਕਿਉਂਕਿ ਇਹ ਲੋਕਾਂ ਨੂੰ ਪਤਾ ਨਹੀਂ ਹੈ ਦਲ ਬਦਲੂਆਂ ਦਾ ਸਿਸਟਮ ਹੋ ਗਿਆ, ਪਰਿਵਾਰਵਾਦ ਹੋ ਗਿਆ। ਕਹਿੰਦਾ ਪਹਿਲਾਂ ਮੈਂ ਬਣਾ, ਫਿਰ ਮੇਰਾ ਪੁੱਤ ਬਣੇ, ਫਿਰ ਮੇਰਾ ਭਤੀਜਾ ਬਣੇ, ਫਿਰ ਕਹਿੰਦੇ ਆ ਦਲ ਬਦਲੂ, ਸ਼ਾਮ ਨੂੰ ਕਿਤੇ, ਦੁਪਹਿਰੇ ਕਿਤੇ, ਰਾਤ ਨੂੰ ਕਿਤੇ, ਕੁੜ ਕੁੜ ਕਿਤੇ, ਆਂਡੇ ਕਿਤੇ, ਸਾਈਆਂ ਕਿਤੇ, ਵਧਾਈਆਂ ਕਿਤੇ। ਅਤੇ ਸੰਗਤ ਕਹਿੰਦੀਆਂ ਸਾਈਆਂ ਜਿੱਥੇ ਮਰਜ਼ੀ ਲਾਓ, ਵਧਾਈਆਂ ਜਿੱਥੇ ਮਰਜ਼ੀ ਲਓ, ਆਂਡੇ ਕਿਤੇ ਮਰਜ਼ੀ ਦਿਓ, ਅਸੀਂ ਤਾਂ ਐਤਕੀ ਫੈਸਲਾ ਅੰਮ੍ਰਿਤਪਾਲ ਅਤੇ ਤੁਹਾਡੇ ਹੱਕ ਦੇ ਵਿੱਚ ਕਰ ਹੀ ਦੇਣਾ। ਅਤੇ ਉਹਨਾਂ ਨੇ ਗੁਰੂ ਦਾ ਆਸਰਾ ਲੈ ਕੇ ਇਹ ਨਸ਼ੇ ਬੰਦ ਕਰਕੇ ਸਾਰੀਆਂ ਕੌਮਾਂ ਨੂੰ ਬਚਾ ਲਿਆ ਸੀ, ਅਤੇ ਹੁਣ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਬਚਾਈਏ। ਜ਼ੋਰ ਆ ਹਿੱਕ ਦੇ ਜ਼ੋਰ ਆ ਨਾ, ਹਿੱਕ ਦਾ ਜ਼ੋਰ ਨਾਲ ਉਹਨੇ ਅੰਦਰ ਰੱਖਿਆ, ਤੁਸੀਂ ਸੰਗਤ ਦੇ ਜ਼ੋਰ ਨਾਲ ਬਾਹਰ ਕੱਢ ਲਓ। ਪਹਿਲਾਂ ਤਾਂ ਖੜਾ ਹੀ ਨਹੀਂ ਕਰਨਾ ਚਾਹੀਦਾ ਸੀ, ਕਦੇ ਖੜਾ ਕਰ ਲਿਆ, ਕਦੇ ਵਾਪਸ ਲੈ ਲਿਆ, ਦੇਰ ਮੈਂ ਕੀਤਾ ਦੁਰਸਤ ਪੈਸਾ। ਹੁਣ ਸਭ ਤੋਂ ਪਹਿਲਾਂ ਅੰਮ੍ਰਿਤਪਾਲ ਦਾ ਨਾਮ ਮੈਂ ਲਿਆ ਸੀ ਵੀ ਲੜਨਾ ਚਾਹੀਦਾ, ਅਰਦਾਸਾਂ ਮੈਂ ਕੀਤੀਆਂ, ਸਾਡੇ ਕੋਲ ਕਹਿੰਦੇ ਅਸੀਂ ਖੜਾ ਹੀ ਨਹੀਂ ਕੀਤਾ। ਅਸੀਂ ਕਹਿੰਦੇ ਜਦੋਂ ਜਿਤਾਉਣਾ ਹੀ ਉਹਨੇ ਪਾਉਣ ਹੀ ਬੜਾ, ਮੈਂ ਡਬਲ ਮਾਇੰਡ ਜ਼ਿੰਦਗੀ 'ਚ ਹੁੰਦਾ ਹੀ ਨਹੀਂਗਾ, ਕਿਉਂ ਡਬਲ ਮਾਇੰਡ ਹੋਵੇ, ਠੀਕ ਹੈ। ਇਸ ਕਰਕੇ ਅਤੇ ਭਾਈ ਵਿਰਸਾ ਸਿੰਘ ਬਲਟੋਆ ਉਹਨਾਂ ਨੂੰ ਚਾਹੀਦਾ ਬੈਠ ਜਾਣਾ ਚਾਹੀਦਾ। ਕੌਮ ਵੱਡੀ ਹੁੰਦੀ ਹੈ, ਬੰਦਾ ਨਹੀਂ ਵੱਡਾ, ਪਾਰਟੀ ਵੱਡੀ ਨਹੀਂ ਹੁੰਦੀ, ਕੌਮ ਵੱਡੀ ਹੁੰਦੀ ਹੈ। ਇਸ ਕਰਕੇ ਇਹਨਾਂ ਸਾਰਿਆਂ ਨੂੰ ਬੈਠ ਜਾਣਾ ਚਾਹੀਦਾ ਯਾਰ, ਕਿਹੜੀ ਗੱਲ ਹੈ। ਜੇਲ੍ਹਾਂ ਕੱਟੀਆਂ ਤਾਂ 2 ਵਾਰੀ ਉਹ ਬਣ ਗਿਆ ਜੀ, ਵਜ਼ੀਰ ਵੀ ਬਣ ਗਿਆ ਅਤੇ ਮੰਤਰੀ ਵੀ ਬਣ ਗਿਆ, ਅਤੇ ਫਿਰ ਉਹਨੇ ਲੋਕਾਂ ਨੇ ਉਹਨੂੰ ਆਪਦਾ ਫਲ ਤਾਂ ਦੇ ਦਿੱਤਾ। ਹੁਣ ਬਹੁਤ ਨਜ਼ਾਰਾ ਲੈ ਲਿਆ ਯਾਰ, ਜੇ ਬੰਦਾ 10 ਸਾਲ ਰਹਿ ਜਾਵੇ ਅਤੇ 10 ਸਾਲ ਥੋੜ੍ਹੇ ਹੁੰਦੇ ਆ, ਅਤੇ ਹੁਣ ਫਿਰ 5 ਸਾਲ ਫਿਰ ਵੇਖ ਬਾਅਦ ਵੇਖ ਲਵੇ ਕਿਤੇ ਵੇਖਣਾ ਤਾਂ, ਹੈਂ। ਅੱਬਲ ਤਾਂ ਦਿਲ ਹੀ ਨਹੀਂ ਕਰਦੇ, ਆਪ ਗੱਲ 'ਚ ਹਾਰ ਪਾ ਦੇਣੀ ਚਾਹੀਦੀ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਤੇ ਦੀਵਾਨ ਹਾਲ ਮੰਜੀ ਸਾਹਿਬ ਵਿੱਚ ਕਥਾ ਕੀਤੀ ਤਾਂ ਉਸ ਤੋਂ ਬਾਅਦ ਮੀਡੀਆ ਨਾਲ ਕੀਤੀ ਗੱਲਬਾਤ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਰਾਜਨੀਤੀ ਦੇ ਵਿੱਚ ਧਰਮਾਂ ਦੀ ਵਰਤੋਂ ਕੀਤੀ ਜਾਂਦੀ ਹੈ, ਨਿਸ਼ਾਨ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ, ਕਈ ਵਾਰ ਐਸੀਆਂ ਬਿਆਨਬਾਜ਼ੀਆਂ ਦਿੱਤੀਆਂ ਜਾਂਦੀਆਂ ਹਨ ਜਿਸ ਬਾਰੇ ਗਿਆਨ ਨਹੀਂ ਹੁੰਦਾ। ਜਹੇਦਰ ਗਿਆਨੀ ਹਰਪ੍ਰੀਤ ਸਿੰਘ ਦੇ ਸਿਆਸੀ ਲੀਡਰ ਨੂੰ ਨਸੀਹਤ ਦਿੱਤੀ ਹੈ ਕਿ ਉਹ ਸਿਆਸਤ ਕਰਨ, ਧਰਮ ਦਾ ਨਾਮ ਨਾ ਲੈਣ। ਉਹ ਜਿਹੜੀਆਂ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਮਰਿਆਦਾਵਾਂ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਅਤੇ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਅਤੇ ਪੋਲੀਟੀਸ਼ੀਅਨਾਂ ਨੂੰ ਇਹਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ। ਜੇ ਧਰਮ ਦੀ ਨੌਲੇਜ ਨਹੀਂ ਹੈ ਤਾਂ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ। ਉਦੋਂ ਹੀ ਬੋਲੋ ਜੇ ਤੁਹਾਨੂੰ ਧਰਮ ਦੀ ਮਰਿਆਦਾ, ਧਰਮ ਦੇ ਸਿਧਾਂਤ, ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ। ਇਹ ਨਹੀਂ ਗਿਆਨ ਹੈਗਾ ਅਤੇ ਧਰਮ ਬਾਰੇ ਗੱਲ ਜਿਹੜੀ ਹੈ ਉਹ ਪੋਲੀਟੀਸ਼ੀਅਨਾਂ ਨੂੰ ਨਹੀਂ ਕਰਨੀ ਚਾਹੀਦੀ। ਇਹ ਗਲਤ ਗੱਲ ਹੈਗੀ ਹੈ, ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਸੀ, ਨਹੀਂ ਬੋਲਣਾ ਚਾਹੀਦਾ। ਬੀਜੇਪੀ ਦੇ ਆਗੂ ਦੇ ਵੱਲੋਂ ਕਿਹਾ ਗਿਆ ਸੀ ਕਿ ਸਿੱਖ ਧਰਮ ਨੀਚਾ ਅਤੇ ਵਸੀ ਭਾਈਚਾਰਾ ਉੱਚਾ ਜੀ, ਮੈਂ ਪਹਿਲਾਂ ਕਹਿੰਦਾ ਕਿ ਬਹੁਤ ਗਲਤ ਗੱਲਾਂ ਨੇ ਇਹ। ਕੋਈ ਧਰਮ ਵੱਡਾ, ਕੋਈ ਛੋਟਾ ਨਹੀਂ ਹੁੰਦਾ, ਸਾਰੇ ਪਰਮਾਤਮਾ ਦੇ ਅਸੀਂ ਇਨਸਾਨ ਹੈ। ਪੋਲੀਟੀਸ਼ੀਅਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਬੋਲ ਬਾਣੀ ਉਹਤੋਂ ਪ੍ਰੇਸ ਕਰਨਾ ਚਾਹੀਦਾ। ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਣੀਆਂ ਜਿਹੜੀਆਂ ਹੈਗੀਆਂ, ਜਿਹੜੀ ਭਾਰਤ ਦਾ ਜਿਹੜਾ ਸੰਵਿਧਾਨ ਉਹਦੀ ਇਜਾਜ਼ਤ ਨਹੀਂ ਦਿੰਦਾ, ਪਰ ਧਰਮੀ ਜ਼ਰੂਰ ਹੋਣਾ ਚਾਹੀਦਾ ਸਾਰਿਆਂ ਨੂੰ। ਅੰਮ੍ਰਿਤਪਾਲ ਸਿੰਘ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ, ਸਾਰਿਆਂ ਦਾ ਰਾਈਟ ਆ ਜੀ, ਡੈਮੋਕ੍ਰੇਸੀ ਦੇ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਅਧਿਕਾਰ ਹੈ, ਭਾਰਤ ਦਾ ਸੰਵਿਧਾਨ ਸਭ ਨੂੰ ਚੋਣ ਲੜਨ ਦਾ ਅਧਿਕਾਰ ਦਿੰਦਾ। ਸਿੰਘ ਸਾਹਿਬ ਕਿਰਪਾਨ ਪਾ ਕੇ ਕੈਨੇਡਾ ਕਿਸ ਤਰ੍ਹਾਂ? ਨਹੀਂ ਨਹੀਂ, ਇੱਦਾਂ ਦੀ ਗੱਲ ਹੋਣੀ ਨਹੀਂ ਚਾਹੀਦੀ, ਜੇ ਕਿਤੇ ਹੈਗੀ ਤਾਂ ਮੰਦਭਾਗੀ ਹੈ ਜੀ। ਠੀਕ ਹੈ। ਅੱਜ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਅਤੇ ਬਾਲਮੀਕਿ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਟੋ ਸਟੈਂਡ ਅਤੇ ਆਟੋ ਲਗਾਉਣ ਦੇ ਪੈਸੇ ਲੈਣ ਨੂੰ ਲੈ ਕੇ ਹੋਇਆ ਵਿਵਾਦ। ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ 1700 ਰੁਪਏ ਮਹੀਨਾ ਆਟੋ ਚਾਲਕਾਂ ਕੋਲੋਂ ਲਿਆ ਜਾ ਰਿਹਾ ਹੈ। ਹੱਦ ਹੈ ਕਿ ਰੇਲਵੇ ਸਟੇਸ਼ਨ ਸਰਕਾਰ ਦੀ ਜਾਇਦਾਦ ਹੈ ਅਤੇ ਰੇਲਵੇ ਵਿਭਾਗ ਵੱਲੋਂ ਕਿਸੇ ਵੀ ਨਜਾਇਜ਼ ਪੈਸੇ ਨਹੀਂ ਲੈ ਸਕਦਾ। ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ। ਜਿਸ ਤਰ੍ਹਾਂ ਕਿ ਇੱਕ ਵਿਵਾਦ ਚੱਲਦਾ ਪਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਟੋ ਵਾਲਿਆਂ ਦੇ ਨਾਲ, ਤਾਂ ਮੈਂ ਦੱਸਣਾ ਚਾਹੁੰਦਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਅੰਦਰ ਕੀ ਚੱਲਦਾ ਹੈ ਅਤੇ ਬਾਹਰ ਵਾਲਿਆਂ ਨਾਲ ਕੀ ਹੁੰਦਾ ਹੈ, ਉਹ ਸਾਰੀ ਸੱਚਾਈ ਅੱਜ ਮੈਂ ਮੀਡੀਆ ਰਾਹੀਂ ਸਾਰਿਆਂ ਨੂੰ ਦੱਸਣਾ ਚਾਹੁੰਦਾ, ਕਿਉਂਕਿ ਸਾਰੇ ਹੀ ਸਮਾਜ ਨੂੰ ਅਤੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਕਿ ਇੱਕ ਰੇਲਵੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਜਿਹੜਾ ਪਾਰਕਿੰਗ ਦਾ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਆ, ਅਤੇ ਜਿਹੜੇ ਰੇਲਵੇ ਐਕਟ ਦੇ ਮੁਤਾਬਿਕ ਕੰਟਰੈਕਟ ਦੇ ਮੁਤਾਬਿਕ ਸਾਡੇ ਕੋਲ ਜਿਹੜੇ ਪੈਸੇ ਆ ਉਹ ਠੇਕੇਦਾਰ ਲੈ ਸਕਦਾ ਆ, ਜਿਸ ਕਾਰਨ ਇੱਥੋਂ ਦੇ ਜਿਹੜੇ ਅੰਦਰ ਮਨਮਰਜ਼ੀ ਦੇ ਜਿਹੜੇ ਪ੍ਰਧਾਨ ਬਣੇ ਹੋਏ ਨੇ ਉਹ ਸਾਡੇ ਕੋਲੋਂ, ਕਿਉਂਕਿ ਮੈਂ ਇਹ ਇੰਨੀ ਗੱਲ ਪੱਕੇ ਤੌਰ 'ਤੇ ਇਸ ਕਰਕੇ ਕਹਿ ਰਿਹਾ, ਮੇਰਾ ਇੱਕ ਆਟੋ, ਮੇਰਾ ਇੱਕ ਡਰਾਈਵਰ ਅੰਦਰ ਆਟੋ ਚਲਾਉਂਦਾ ਕਾਫੀ ਸਾਲਾਂ ਤੋਂ, ਅਤੇ ਮੈਂ ਕਦੇ ਵੀ ਦੇਖਿਆ ਜਾਂਦਾ ਹੀ ਨਹੀਂ ਹੈ ਕਿ ਮੈਨੂੰ ਆਪਣੇ ਕਿਰਾਏ ਨਾਲ ਮਤਲਬ ਹੁੰਦਾ ਸੀ, ਪਰ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਗੱਲਬਾਤ ਆਈ ਕਿ ਮਤਲਬ ਕਿ ਇਹ 1700 ਰੁਪਇਆ ਮਹੀਨਾ ਕਿਸ ਚੀਜ਼ ਦਾ ਲੈ ਰਹੇ, ਅਸੀਂ ਸਮਝੇ ਕਿ ਸ਼ਾਇਦ ਠੇਕੇਦਾਰ ਦਾ ਮਤਲਬ ਕਿ ਜੋ ਕੰਟਰੈਕਟ ਦੇ ਮੁਤਾਬਿਕ ਸ਼ਾਇਦ ਇੰਨਾ ਹੀ ਰੇਟ ਹੋਏਗਾ ਕਿ ਜੋ ਵੀ ਇੱਕ ਮਹੀਨੇ ਦਾ ਜਾਂ ਆਟੋ ਦਾ ਕਿਰਾਇਆ ਇੰਨਾ, ਪਰ ਇੱਥੋਂ ਦੇ ਮਨਮਰਜ਼ੀ ਦੇ ਪ੍ਰਧਾਨ ਸਾਡੇ ਕੋਲ ਲੈਂਦੇ ਸੀ 1700 ਰੁਪਇਆ ਮਹੀਨੇ ਦਾ ਇੱਕ ਆਟੋ ਦਾ, ਜਿਹਦੇ ਵਿੱਚ ਕਹਿੰਦੇ ਸੀ ਕਿ 1500 ਰੁਪਇਆ ਹੀ ਠੇਕੇਦਾਰ ਨੂੰ ਦਿੰਦੇ ਹਾਂ ਅਤੇ 200 ਰੁਪਇਆ ਵੈਲਫੇਅਰ ਫੰਡ ਦੇ ਅਕੋਰਡਿੰਗ ਅਸੀਂ ਰੱਖਦੇ ਹਾਂ। ਅਸੀਂ 200 ਰੁਪਏ ਦਾ ਹਿਸਾਬ ਪੁੱਛਿਆ ਕਿ 200 ਰੁਪਏ ਦਾ ਭਾਅ ਜੀ ਤੁਸੀਂ 1.5 ਸਾਲ ਹੋ ਗਿਆ ਵਾ, 200 ਰੁਪਏ ਦਾ ਤੁਸੀਂ ਲੈ ਰਹੇ ਜੇ ਇੰਨੇ ਗੱਡੀਆਂ ਕੋਲ, ਉਹਦਾ ਹਿਸਾਬ ਦਿਓ, ਹਿਸਾਬ ਅਸੀਂ ਮੰਗ ਸਕਦੇ ਹਾਂ, ਸਾਡਾ ਹੱਕ ਆ। ਇਹਨਾਂ ਨੂੰ ਆਟੋ ਵਾਲਿਆਂ ਨੂੰ ਕੀ ਮਿਰਚਾਂ ਲੱਗੀਆਂ ਜੀ,
ਇਹ ਕਹਿੰਦੇ ਆ ਕਿ ਅਸੀਂ ਜਿੰਨੇ ਵੀ ਆਟੋ ਵਾਲੇ ਹਾਂ ਕਿਸੇ ਵੀ ਬਾਹਰ ਦਾ ਕੋਈ ਵੀ ਆਟੋ ਰੇਲਵੇ ਸਟੇਸ਼ਨ ਦੇ ਅੰਦਰ ਨਹੀਂ ਲੱਗਣ ਦੇਣਾ, ਕਿਉਂਕਿ ਇਹ ਰੇਲਵੇ ਦੇ ਮਾਲਕ ਨਹੀਂ ਆ, ਨਾ ਇਹ ਠੇਕੇਦਾਰ ਨੇ। ਠੇਕੇਦਾਰ ਦੀ ਮਰਜ਼ੀ ਆ, ਜੋ ਮਰਜ਼ੀ ਜਿਹਦੀ ਮਰਜ਼ੀ ਗੱਡੀ ਲਵਾਵੇ। ਇਹ ਇਹਨਾਂ ਨੇ ਅਡੋਲ ਜੀ ਅਤੇ ਪਲੈਨਿੰਗ ਕੀ ਕੀਤੀ ਹੋਈ, ਕਿਸੇ ਵੀ ਹੋਰ ਆਟੋ ਵਾਲੇ ਨੂੰ ਅੰਦਰ ਨਹੀਂ ਲੱਗਣ ਦੇਣਾ। ਜਗਾਲ ਜੀ ਦੇ ਪਿੰਡ ਮੋਲਾ ਵਾਲੀ ਅਤੇ ਖਰਬਾਂ ਵਿੱਚ ਪੰਚਾਇਤੀ ਜ਼ਮੀਨ ਦੇ ਬਾਬਾ ਭੀਮ ਰਾਓ ਅੰਬੇਦਕਰ ਦਾ ਪੁੱਤ ਲਗਾਉਣ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਦੇ ਵਿਰੋਧ ਵਿੱਚ ਅੱਜ ਭੀਮ ਆਰਮੀ ਭਾਰਤੀ ਏਕਤਾ ਮਿਸ਼ਨ ਦੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਸੂਬਾ ਪ੍ਰਧਾਨ ਕਮਲ ਕੁਮਾਰ ਨੇ ਦੱਸਿਆ ਕਿ 2 ਅਪ੍ਰੈਲ ਨੂੰ ਪੰਚਾਇਤ ਵੱਲੋਂ ਪਿੰਡ ਮੋਲਾ ਵਾਲੀ ਵਿੱਚ ਨਾਲੀਆਂ ਵਾਲੀ ਜ਼ਮੀਨ ਦੇ ਕੂੜਾ ਸੁੱਟਣ ਲਈ ਜਾ ਰਹੀ ਸੀ। ਇਹ ਜਗ੍ਹਾ 1954 ਤੋਂ ਹਰੀਜਨ ਸਮਾਜ ਕੋਲ ਸੀ ਅਤੇ ਉਹਨਾਂ ਨੇ ਇਸ ਜਗ੍ਹਾ ਦੀ ਸਫਾਈ ਕਰਕੇ ਬਾਬਾ ਭੀਮ ਰਾਓ ਅੰਬੇਦਕਰ ਦਾ ਬੁੱਤ ਲਗਾਇਆ ਸੀ। ਅੱਜ ਹਮ ਮਾਨਯ ਡੀ ਸੀ ਸਾਹਿਬ ਸੇ ਮਿਲੇਂਗੇ, ਡੀ ਸੀ ਸਾਹਿਬ ਕੋ ਗਿਆਪਨ ਦੇਂਗੇ। ਉਨਕੇ ਜੋ ਏਰੀਆ ਹੈ, ਉਨਕਾ ਜਿਨਕਾ ਜ਼ਿਲ੍ਹਾ ਹੈ, ਯਮੁਨਗਰ ਕੇ ਦੋ ਗਾਂਵ ਹੈ, ਇੱਕ ਖਾਰਵਣ ਔਰ ਇੱਕ ਮਹਿਲਾ ਵਾਲੀ, ਦੋਨੋ ਮੇ ਇੱਕ ਹੀ ਤਰ੍ਹਾਂ ਕਾ ਮਾਮਲਾ ਹੈ। ਮਹਿਲਾ ਵਾਲੀ ਕਾ ਮਾਮਲਾ ਮੈਂ ਦੁਹਰਾ ਦੇਤਾ ਹੂੰ। ਗਾਂਵ ਮਹਿਲਾ ਵਾਲੀ ਮੇ 1954 ਮੇ ਐਸ ਸੀ ਸਮਾਜ ਕੇ ਲੋਕੋਂ ਕੋ ਕੁਛ ਜ਼ਮੀਨ ਲੌਟ ਹੋਈ ਥੀ, ਜਿਸਮੇ ਜੋ ਹੈ ਵੋ ਕੂੜਾ ਕਰਕਟ ਡਾਲਨੇ ਕੇ ਲੀਏ ਇੱਕ ਮਰਲਾ ਜੋ ਹੈ ਜਾਂ ਹੋਰ ਵੀ ਥੋੜ੍ਹੀ ਬਹੁਤ ਜ਼ਮੀਨ ਥੀ ਵੋ ਲਾਟ ਹੋਈ ਥੀ ਕਿ ਉਸਮੇ ਜੋ ਐਸ ਸੀ ਸਮਾਜ ਕੇ ਲੋਕ ਉਸਮੇ ਕੂੜਾ ਕਰਕਟ ਡਾਲੇਂਗੇ, ਗੋਬਰ ਗੋਹਾ ਜੋ ਵੀ ਹੈ ਆਪਣੀ ਵਿਵਸਥਾ ਬਣਾਏਗੇ। ਤੋ ਆਜ ਜੋ ਹੈ ਇਨ ਲੋਗੋ ਨੇ ਆਪਣਾ ਬੜਾ ਦਿਲ ਦਿਖਾਤੇ ਹੋਏ ਵੋ ਜੋ ਜ਼ਮੀਨ ਥੀ ਵਹਾਂ ਸੇ ਇਹਨਾਂ ਨੇ ਸੋਚਾ ਕਿ ਯਹਾਂ ਸੇ ਗੰਦਗੀ ਸਾਫ਼ ਕਰਕੇ ਕਿਉਂ ਨਾ ਉਸ ਜ਼ਮੀਨ ਪੇ ਅੰਬੇਡਕਰ ਭਵਨ ਬਣਾਇਆ ਜਾਏ। ਉਸਮੇ ਭਾਰਤੀ ਸੰਵਿਧਾਨ ਕੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਕਾ ਸਟੈਚੂ ਲਗਾਇਆ ਜਾਏ। ਤੋ ਇਹਨਾਂ ਨੇ ਵਹਾਂ ਪਰ ਸਟੈਚੂ ਲਗਾ ਦਿਆ ਹੈ ਔਰ 2 ਅਪ੍ਰੈਲ ਕੋ ਲਗਾ ਦਿਆ ਹੈ, ਲੇਕਿਨ ਵਹਾਂ ਕੀ ਜੋ ਸਰਪੰਚ ਹੈ ਜੋ ਕਿ ਜਾਤੀਵਾਦੀ ਮਾਨਸਿਕਤਾ ਕੇ ਸਰਪੰਚ ਹੈ, ਉਹਨੇ ਇਤਨਾ ਬੜਾ ਬਵਾਲ ਕਰ ਦਿਆ ਕਿ ਵੋ ਕਹਤੇ ਹੈ ਕਿ ਮੁਝੇ ਯਹਾਂ ਪਰ ਡਿਸਪੈਂਸਰੀ ਬਣਾਨੀ ਹੈ, ਲੇਕਿਨ ਡਿਸਪੈਂਸਰੀ ਕੀ ਜੋ ਜ਼ਮੀਨ ਹੈ ਵੋ ਬਹੁਤ ਦਿਨ ਪਹਿਲੇ ਰੈਜੂਲੇਸ਼ਨ ਪਾ ਕਰਕੇ ਗਾਂਵ ਕੇ ਹੀ ਜਲਘਰ ਕੇ ਪਾਸ ਵੋ ਹਾਂ ਮੈਂ ਬਤਾ ਰਹਾ ਹੂੰ ਜਲਘਰ ਕੇ ਪਾਸ ਵੋ ਰੈਜੂਲੇਸ਼ਨ ਪਾ ਕਰਕੇ ਵੋ ਜ਼ਮੀਨ ਤੈਅ ਕੀ ਗਈ ਥੀ ਕਿ ਡਿਸਪੈਂਸਰੀ ਯਹਾਂ ਬਣੇਗੀ, ਲੇਕਿਨ ਜੋ ਸਰਪੰਚ ਹੈ ਵੋ ਤਾਨਾਸ਼ਾਹੀ ਕਰ ਰਹੇ ਹੈ। ਦੇਖੀਏ ਪਿੱਛੇ ਦੇਖੇ ਕਿਤਨੇ ਲੋਕ ਹੈ ਯਹਾਂ ਪਰ ਉਨਕੀ ਯਹੀ ਮੰਗ ਹੈ ਕਿ ਹਮਾਰੇ ਸਾਥ ਐਸੀ ਬੇਹੁਦਾ ਹਰਕਤ ਨਾ ਕਰੇ, ਹਮ ਚਾਹਤੇ ਹੈ ਕਿ ਵੋ ਜ਼ਮੀਨ ਵੀ ਹਮਾਰੀ ਹੈ ਭਾਈ, ਹਮ ਉਸਮੇ ਬਾਬਾ ਸਾਹਿਬ ਜੀ ਕਾ ਸਟੈਚੂ ਰੱਖਣਾ ਚਾਹਤੇ ਹੈ, ਉਸਮੇ ਕੋਈ ਦਿੱਕਤ ਵੀ ਨਹੀਂ। ਔਰ ਸਭਸੇ ਬੜੀ ਬਾਤ ਜੋ ਗੰਦਗੀ ਕਾ ਢੇਰ ਥਾ ਜਹਾਂ ਪਰ ਜੋ ਹੈ ਗੰਦ ਫੈਲਾ ਹੁਆ ਥਾ, ਇਨ ਲੋਗੋਂ ਨੇ ਵਹਾਂ ਸੇ ਗੰਦ ਉਠਾ ਕਰਕੇ ਹਮਾਰੀ ਸਾਫ਼ ਸੁਥਰੀ ਜਗ੍ਹਾ ਬਣਾਉਣ ਕਾ ਕਾਮ ਕੀਆ। ਹਮਾਰੀ ਮੰਗ ਯੇ ਹੈ ਕਿ ਡੀ ਸੀ ਸਾਹਿਬ ਸੇ ਵੀ ਔਰ ਪ੍ਰਸ਼ਾਸਨ ਸੇ ਵੀ ਕਿ ਵਹਾਂ ਪਰ ਜੋ ਹੈ ਵੋ ਜ਼ਮੀਨ ਕੇ ਟੁਕੜੇ ਕੋ ਇਨ ਲੋਗੋਂ ਕੋ ਦਿਆ ਜਾਏ, ਵੈਸੇ ਵੋ ਜ਼ਮੀਨ ਨਹੀਂ ਕਿ ਔਰ ਬਾਬਾ ਸਾਹਿਬ ਕਾ ਸਟੈਚੂ ਵਹਾਂ ਪਰ ਲਗਨੇ ਦਿਆ ਜਾਏ। ਦੋਸਤੋ ਇਸ ਅੱਜ ਦੀਆਂ ਖਬਰਾਂ ਕੱਲ੍ਹ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ 'ਤੇ। ਤਦ ਤੱਕ ਲਈ ਕੁਲਵੰਤ ਸਿੰਘ ਗਿੱਲ ਨੂੰ ਇਜਾਜ਼ਤ ਦੇ ਦਿਓ, ਰੱਬ ਰਾਖਾ।